ਹੁਸ਼ਿਆਰਪੁਰ ਵਿਖੇ NSQF ਅਧਿਆਪਕ ਯੂਨੀਅਨ ਪੰਜਾਬ ਦੀ ਇੱਕ ਵਿਸ਼ੇਸ਼ ਮੀਟਿੰਗ ਹੋਈ ਜਿਸ ਵਿੱਚ ਸਮੂਹ ਅਧਿਆਪਕਾਂ ਵੱਲੋਂ ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਉਹਨਾਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਸੰਬੰਧੀ ਇੱਕ ਮੰਗ ਪੱਤਰ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਸ਼੍ਰੀਮਤੀ ਅਪਨੀਤ ਰਿਆਤ ਨੂੰ ਦਿੱਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਧਿਆਪਕਾਂ ਨੇ ਕਿਹਾ ਕਿ ਉਹ ਪਿਛਲੇ ਲਗਭਗ 6 ਸਾਲਾਂ ਤੋਂ ਪੰਜਾਬ ਸਰਕਾਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਅਧਿਕ ਵਿਦਿਆਰਥੀਆਂ ਨੂੰ ਵੋਕੇਸ਼ਨਲ ਸਿੱਖਿਆ ਦੇਣ ਦੇ ਨਾਲ ਨਾਲ ਰੁਜ਼ਗਾਰ ਮੁਹੱਈਆ ਕਰਵਾਉਣ ਦੀ ਕੰਮ ਕਰ ਰਹੇ ਹਨ। ਇਸ ਨੂੰ ਲੈ ਕੇ ਉਹ ਕਈ ਵਾਰ ਸਰਕਾਰ ਤੱਕ ਆਪਣੀ ਪਹੁੰਚ ਕਰ ਚੁੱਕੇ ਨੇ, ਪਰੰਤੂ ਸਰਕਾਰ ਵੱਲੋਂ ਇਸ ਉੱਪਰ ਕੋਈ ਵੀ ਠੋਸ ਕਦਮ ਨਹੀਂ ਚੁੱਕਿਆ ਗਿਆ। ਇਸ ਮੌਕੇ ਉਹਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਯੂਨੀਅਨ ਵੱਲੋਂ ਜੋ ਮੰਗਾਂ ਮੰਗ ਪੱਤਰ ਵਿੱਚ ਕੀਤੀਆਂ ਗਈਆਂ ਹਨ ਉਹਨਾਂ 'ਤੇ ਗੌਰ ਕੀਤਾ ਜਾਵੇ ਅਤੇ ਉਹਨਾਂ ਨੂੰ ਵੀ ਰੈਗੂਲਰ ਅਧਿਆਪਕਾਂ ਵਾਂਗ ਸਨਮਾਨ ਦੇ ਤੌਰ 'ਤੇ ਸਾਰੇ ਮਾਣ ਭੱਤੇ ਦਿੱਤੇ ਜਾਣ। ਪੰਜਾਬ ਸਰਕਾਰ ਮੁਰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ, ਇਹ ਕੀ ਹੋਇਆ ਕੈਪਟਨ ਹੋਇਆ, ਇਹ ਕੀ ਹੋਇਆ ਕੈਪਟਨ ਹੋਇਆ, ਪੰਜਾਬ ਸਰਕਾਰ ਮੁਰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ, ਇਹ ਕੀ ਹੋਇਆ ਕੈਪਟਨ ਹੋਇਆ, ਇਹ ਕੀ ਹੋਇਆ ਕੈਪਟਨ ਹੋਇਆ। ਸਰ ਆਪਣਾ ਮੇਨ ਮੁੱਦਾ ਇਹੀ ਆ ਕਿ ਕੰਪਨੀਆਂ ਨੂੰ ਬਾਹਰ ਕਰਕੇ ਸਾਨੂੰ ਆਊਟਸੋਰਸਿਸ ਨੂੰ ਬੰਦ ਕਰਕੇ ਸਾਨੂੰ ਰੈਗੂਲਰ ਕੀਤਾ ਜਾਵੇ, ਸਿੱਖਿਆ ਵਿਭਾਗ ਦੇ ਵਿੱਚ ਸਾਨੂੰ ਮਰਜ ਕੀਤਾ ਜਾਵੇ। ਸਰਕਾਰ ਕੋਲ ਸਾਡੀ ਇਹੀ ਮੰਗ ਆ, ਜਦੋਂ ਕੈਪਟਨ ਸਰਕਾਰ ਆਈ ਸੀ ਤਾਂ ਉਹਨੇ ਵਾਅਦਾ ਕੀਤਾ ਸੀ ਕਿ ਅਸੀਂ ਆਊਟਸੋਰਸਿਸ ਨੂੰ ਖਤਮ ਕਰਕੇ ਤੁਹਾਨੂੰ ਰੈਗੂਲਰ ਕਰਾਂਗੇ। ਬਸ ਸਾਡੀ ਸਰਕਾਰ ਕੋਲ ਇਹੀ ਮੰਗ ਆ ਕਿ ਕੰਪਨੀਆਂ ਨੂੰ ਬਾਹਰ ਕਰੋ ਤਾਂ ਕਿ ਸਾਡਾ ਸ਼ੋਸ਼ਣ ਨਾ ਹੋ ਜਾਵੇ ਔਰ ਸਾਨੂੰ ਸਿੱਖਿਆ ਡਿਪਾਰਟਮੈਂਟ ਦੇ ਵਿੱਚ ਰੈਗੂਲਰ ਕੀਤਾ ਜਾਵੇ। ਸਰ ਅਗਲਾ ਐਕਸ਼ਨ ਸਾਡਾ ਇਸ ਤੋਂ ਵੀ ਜ਼ਿਆਦਾ ਵੱਡਾ ਹੋਊਗਾ, ਸਾਡਾ ਪੰਜਾਬ ਪੱਧਰ 'ਤੇ ਵੱਡਾ ਅੰਦੋਲਨ ਹੋਏਗਾ। ਤਾਂ ਅਸੀਂ ਇਹ ਇੱਕ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਿੰਨੇ ਵੀ ਪੰਜਾਬ ਦੇ ਜ਼ਿਲ੍ਹੇ ਆ ਹਜੇ ਤੱਕ ਤਾਂ ਇਹ ਸ਼ੁਰੂਆਤ ਆ ਸਾਡੀ, ਇਸ ਤੋਂ ਬਾਅਦ ਜਿਹੜਾ ਸਾਡਾ ਅੰਦੋਲਨ ਹੋਊਗਾ ਉਹ ਪੂਰੇ ਪੰਜਾਬ ਪੱਧਰ 'ਤੇ ਹੋਊਗਾ। ਨਾਮ ਮੇਰਾ ਸਰ ਵਿਸ਼ਵਮਿੱਤਰ, ਵੋਕੇਸ਼ਨਲ ਟੀਚਰ ਯੂਨੀਅਨ ਪੰਜਾਬ ਦਾ ਮੈਂ ਇੱਕ ਮੈਂਬਰ ਹਾਂ। ਸਰ ਇਸ ਤਰ੍ਹਾਂ ਹੈ ਕਿ ਅੱਜ ਅਸੀਂ ਜਿਹੜੇ ਇੱਥੇ ਇਕੱਠੇ ਹੋਏ ਹਾਂ ਇਹ NSQF ਦੇ ਬੈਨਰ ਹੇਠ ਇਕੱਠੇ ਹੋਏ ਹਾਂ, ਜਿਹਦੇ ਵਿੱਚ ਇਹ ਜ਼ਿਲ੍ਹਾਵਾਰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ। ਅੱਜ ਸਾਡੇ ਜ਼ਿਲ੍ਹਾ ਹੁਸ਼ਿਆਰਪੁਰ ਦੀ ਵਾਰੀ ਸੀਗੀ 30 ਸਤੰਬਰ ਨੂੰ, ਇਸ ਕਰਕੇ ਅਸੀਂ ਇੱਥੇ ਮਿੰਨੀ ਸੈਕਟਰੀਏਟ ਦੇ ਮੋਹਰੇ ਬਾਹਰ ਇਕੱਠੇ ਹੋਏ ਹਾਂ ਅਤੇ ਅੱਜ ਅਸੀਂ ਆਪਣਾ ਮੰਗ ਪੱਤਰ ਜਿਹੜਾ ਸਾਡਾ ਜੋ ਸਾਡੀਆਂ ਮੇਨ ਮੁੱਖ ਮੰਗਾਂ ਹੈਗੀਆਂ ਸਿੱਖਿਆ ਵਿਭਾਗ ਵਿੱਚ ਮਰਜ ਹੋਣ ਦੀਆਂ, ਉਹ ਅਸੀਂ ਮੰਗ ਪੱਤਰ DC ਸਾਹਿਬ ਦੇ ਮੋਹਰੇ ਮਿਲ ਕੇ ਉਹਨਾਂ ਨੂੰ ਆਪਣੀ ਮੰਗਾਂ ਸਰਕਾਰ ਤੱਕ ਪਹੁੰਚੀਆਂ ਕਰਾਂਗੇ। ਹਾਂਜੀ ਸਰ, ਮੰਗਾਂ ਸਰ ਸਾਡੀ ਇਹੀ ਹੈ ਕਿ ਦੇਖੋ ਅਸੀਂ 6 ਸਾਲਾਂ ਤੋਂ ਲਗਾਤਾਰ ਸੰਘਰਸ਼ ਕਰ ਰਹੇ ਹਾਂ, ਸਾਨੂੰ ਸਰਕਾਰ ਵੱਡੇ ਵੱਡੇ ਵਾਅਦੇ ਕਰਕੇ ਗਈ ਸੀਗੀ ਸਿੱਖਿਆ ਵਿਭਾਗ ਵਿੱਚ ਸਾਨੂੰ ਮਰਜ ਕਰਨ ਦੀ, ਪਰ ਅੱਜ ਤੱਕ ਸਾਡੀ ਕੋਈ ਇੱਕ ਮੰਗ ਨਹੀਂ ਸੁਣੀ ਗਈ। ਅਸੀਂ ਕਾਫੀ ਲੰਬੇ ਸਮੇਂ ਤੋਂ ਕੰਪਨੀਆਂ ਦੇ ਸ਼ੋਸ਼ਣ ਦਾ ਸ਼ਿਕਾਰ ਹੋ ਰਹੇ ਹਾਂ ਅਤੇ ਸਾਨੂੰ ਕੰਪਨੀਆਂ ਵੱਲੋਂ ਅਲੱਗ ਤੰਗ ਕੀਤਾ ਜਾਂਦਾ ਆ, ਵਿਭਾਗ ਵੱਲੋਂ ਅਲੱਗ ਤੰਗ ਕੀਤਾ ਜਾਂਦਾ ਆ, ਸਕੂਲ ਸਾਨੂੰ ਅਲੱਗ ਤੋਂ ਪਰੇਸ਼ਾਨ ਕਰਦਾ ਆ, ਮਤਲਬ ਸਾਡੀਆਂ ਕੋਈ ਵੀ ਸਾਨੂੰ ਬਾਕੀ ਮੁਲਾਜ਼ਮਾਂ ਤੋਂ ਇੱਕਦਮ ਮਤਰੇਈ ਮਾਂ ਵਰਗਾ ਸਾਡੇ ਨਾਲ ਵਿਵਹਾਰ ਕੀਤਾ ਜਾ ਰਿਹਾ।